ਪੰਜਾਬੀ ਚੈਨਲ ਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਆਪਣੇ ਮੈਕਬੁੱਕ ਦੀ ਜਿਹੜੀ ਸਕਰੀਨ ਆਹ ਜਿਹੜੀ ਫੁੱਲ ਸਕਰੀਨ ਆ ਉਹਨੂੰ ਮੈਂ ਕਿਹੜੇ ਸੌਫਟਵੇਅਰ ਦੇ ਨਾਲ ਤੇ ਕਿਵੇਂ ਮੈਂ ਰਿਕਾਰਡ ਕਰਦਾ ਤੇ ਜਿਵੇਂ ਕਿ ਤੁਸੀਂ ਦੇਖਿਆ ਹੋਣਗੇ ਮੇਰੀਆਂ ਬਹੁਤ ਸਾਰੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਕੋਈ ਸੌਫਟਵੇਅਰ ਦੀ ਜਾਣਕਾਰੀ ਦਿਨਾ ਜਾਂ ਮੈਂ ਕੋਈ ਵੀ ਇਹੋ ਜਿਹੀ ਵੀਡੀਓ ਬਣਾਉਣਾ ਤਾਂ ਮੈਂ ਮੋਸਟਲੀ ਸਕਰੀਨ ਰਿਕਾਰਡ ਕਰਦਾ ਮਾਂ ਤੇ ਸੋਨੂੰ ਕੈਮਰੇ ਦੇ ਨਾਲ ਰਿਕਾਰਡ ਕੀਤੀ ਵੀਡੀਓ ਬਹੁਤ ਸੋਣੀ ਨਹੀਂ ਬਣਦੀ ਤੇ ਮੈਕਬੁੱਕ ਦੇ ਵਿੱਚ ਤੁਸੀਂ ਇਹ ਬਿਲਕੁਲ ਫ੍ਰੀ ਸਕਰੀਨ ਰਿਕਾਰਡ ਕਰ ਸਕਦੇ ਆ ਤੁਸੀਂ ਹੋਰ ਵੀ ਦੋ ਤਿੰਨ ਕੰਮ ਜਿਹੜੇ ਇਹਦੇ ਨਾਲ ਕਰ ਸਕਦੇ ਆ ਜਿਵੇਂ ਕਿ ਜੇ ਤੁਹਾਡਾ ਕੋਈ ਆਈਫੋਨ ਹੈਗਾ ਵਾ ਉਹਨੂੰ ਤੁਸੀਂ ਮੈਕਬੁੱਕ ਦੇ ਨਾਲ ਅਟੈਚ ਕਰਕੇ ਉਹਦੀ ਸਕਰੀਨ ਇੱਥੇ ਸਕਰੀਨ ਦੇ ਉੱਤੇ ਲਿਆ ਕੇ ਉਹਨੂੰ ਵੀ ਤੁਸੀਂ ਮੀਰ ਕਰਕੇ ਰਿਕਾਰਡ ਕਰ ਸਕਦੇ ਆ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਜਿਹੜੀ ਮੈਕਬੁੱਕ ਦੀ ਸਕਰੀਨ ਕਿਵੇਂ ਰਿਕਾਰਡ ਕਰਨੀ ਹੈ ਜੇ ਤੁਸੀਂ ਸਿੱਖਣਾ ਚਾਹੁੰਦੇ ਆ ਕਿ ਪੀਸੀ ਦੀ ਸਕਰੀਨ ਕਿਵੇਂ ਰਿਕਾਰਡ ਕਰਨੀ ਆ ਤਾਂ ਉਹ ਵੀਡੀਓ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੱਸੂੰਗਾ ਤੇ ਨਾਲ ਹੀ ਮੈਂ ਲਿੰਕ ਦੇ ਵਿੱਚ ਇਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਰੱਖ ਦੂੰਗਾ ਕਿ ਤੁਸੀਂ ਆਪਣੇ ਆਈਫੋਨ ਦੀ ਸਕਰੀਨ ਨੂੰ ਮੀਰ ਕਰਕੇ ਕਿਵੇਂ ਰਿਕਾਰਡ ਕਰਨਾ ਕਿਉਂਕਿ ਵੀਡੀਓ ਮੈਂ ਡਿਟੇਲ ਦੇ ਵਿੱਚ ਬਣਾਉਣਾ ਚਾਹੁੰਨਾ ਕਿ ਤੁਹਾਨੂੰ ਕੋਈ ਕੁਐਸਚਨ ਨਾ ਰਵੇ ਤੇ ਡਾਊਟ ਨਾ ਰਵੇ ਤੇ ਚਲੋ ਫਿਰ ਹੁਣ ਆਪਾਂ ਸਟਾਰਟ ਕਰਦੇ ਹਾਂ ਦੋਸਤੋ ਸੋਨ ਮੈਂ ਦੱਸਦਾ ਕਿ ਤੁਸੀਂ ਜਿਹੜਾ ਆਪਣਾ ਮੈਕਬੁੱਕ ਆ ਉਹਦੀ ਫ੍ਰੀ ਦੇ ਵਿੱਚ ਜਿਹੜੀ ਸਕਰੀਨ ਕਿਵੇਂ ਰਿਕਾਰਡ ਕਰਨੀ ਹੈ ਮੈਕਬੁੱਕ ਦੇ ਵਿੱਚ ਇੱਕ ਫ੍ਰੀ ਸੌਫਟਵੇਅਰ ਦੋਸਤੋ ਜਿਹੜਾ ਕਿ ਆ ਮੇਰੇ ਕੋਲੇ ਲਿਖਿਆ ਹੋਇਆ ਇੱਥੇ ਕੁਇਕ ਟਾਈਮ ਪਲੇਅਰ ਇਹ ਤੁਹਾਡੇ ਜਾਂ ਕਿਸੇ ਵੀ ਮੈਕਬੁੱਕ ਦੇ ਵਿੱਚ ਫ੍ਰੀ ਦੇ ਵਿੱਚ ਹੁੰਦਾ ਇਹਨੂੰ ਤੁਸੀਂ ਲੱਭਣਾ ਕਿਵੇਂ ਹੈ ਜਿਵੇਂ ਕਿ ਮੇਰੇ ਕੋਲੇ ਇੱਥੇ ਆ ਜੇ ਤੁਹਾਡੇ ਇੱਥੇ ਹੀ ਮੈਕਬੁੱਕ ਦੇ ਵਿੱਚ ਕੁਇਕ ਟਾਈਮ ਪਲੇਅਰ ਨਹੀਂ ਹੈਗਾ ਤਾਂ ਤੁਸੀਂ ਕੀ ਕਰਨਾ ਤੁਸੀਂ ਇੱਥੇ ਇੱਕ ਲੌਂਚ ਪੈਡ ਹੈਗਾ ਵਾ ਖੱਬੇ ਹੱਥ ਲੌਂਚ ਪੈਡ ਤੇ ਜੇ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਸਾਰੀਆਂ ਐਪਸ ਪਈਆਂ ਉਹਨਾਂ ਦੇ ਵਿੱਚ ਤੁਸੀਂ ਜਾ ਕੇ ਕੁਇਕ ਟਾਈਮ ਪਲੇਅਰ ਨੂੰ ਸਰਚ ਕਰ ਲੈਣਾ ਜਿਵੇਂ ਕਿ ਮੇਰੇ ਕੋਲੇ ਕੁਇਕ ਟਾਈਮ ਇੱਥੇ ਪਿਆ ਵਾ ਜੇ ਇੱਥੇ ਵੀ ਨਹੀਂ ਲੱਭਦਾ ਤਾਂ ਤੁਸੀਂ ਕੀ ਕਰਨਾ ਇੱਥੇ ਰਾਈਟ ਹੈਂਡ ਟਾਪ ਕਾਰਨਰ ਦੇ ਉੱਤੇ ਜਾ ਕੇ ਇੱਥੇ ਸਰਚ 바ਰ ਤੇ ਕਲਿੱਕ ਕਰੋ ਤੇ ਇੱਥੇ ਆਪਾਂ ਲਿਖ ਦੇਣਾ ਵਾ ਕੁਇਕ ਟਾਈਮ ਪਲੇਅਰ ਤਾਂ ਇਹ ਸੋ ਨੂੰ ਇੱਥੇ ਲੱਭ ਜਾਣਾ ਵਾ ਜੇ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਖੱਬੇ ਹੱਥ ਟਾਪ ਕਾਰਨਰ ਤੇ ਤੁਹਾਡੇ ਕੋਲੇ ਆਪਸ਼ਨ ਆ ਗਈ ਹੈ ਕੁਇਕ ਟਾਈਮ ਪਲੇਅਰ ਫਾਈਲ ਐਡ ਟੂ ਵਿਊ ਇੱਥੇ ਆਪਾਂ ਫਾਈਲ ਤੇ ਕਲਿੱਕ ਕਰਕੇ ਇੱਥੇ ਆਪਾਂ ਨਿਊ ਸਕਰੀਨ ਰਿਕਾਰਡ ਕਰ ਦੇਣੀ ਆ ਤੇ ਅੱਗੇ ਤੁਹਾਡੇ ਕੋਲ ਇੱਥੇ ਦੋ ਤਿੰਨ ਆਪਸ਼ਨ ਆ ਜਾਣੀਆਂ ਮੈਂ ਇਹਨੂੰ ਖੋਲ ਨਹੀਂ ਸਕਦਾ ਕਿਉਂਕਿ ਮੈਂ ਆਲਰੇਡੀ ਸਕਰੀਨ ਨੂੰ ਰਿਕਾਰਡ ਕਰਦਾ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਆ ਤੁਸੀਂ ਇਹਦੀ ਜਿਹੜੀ ਆ ਪਿਕਚਰ ਲੈਣੀ ਆ ਜਾਂ ਤੁਸੀਂ ਰਿਕਾਰਡ ਕਰਨੀ ਆ ਤੇ ਜਿਵੇਂ ਆ ਦੇਖੋ ਤੁਸੀਂ ਮੇਰੇ ਇੱਥੇ ਬਟਨ ਆਇਆ ਹੋਇਆ ਇਸ ਤਰ੍ਹਾਂ ਜਿਹੜੀ ਇਹ ਸਕਰੀਨ ਰਿਕਾਰਡ ਆ ਹੋਣ ਲੱਗ ਜਾਣੀ ਆ ਤੇ ਤੁਸੀਂ ਕੋਈ ਵੀ ਜੋੜਾ ਫਿਰ ਉਦੋਂ ਬਾਅਦ ਜਿਵੇਂ ਕਿ ਮੈਂ ਹੁਣ ਚਾਹੇ ਮੈਂ Google ਖੋਲਣਾ ਚਾਹੇ ਮੈਂ ਕੋਈ ਵੀ ਸੌਫਟਵੇਅਰ ਖੋਲਣਾ ਤੁਸੀਂ ਖੋਲ ਸਕਦੇ ਆ ਬਿਨਾ ਕਿਸੇ ਪ੍ਰੋਬਲਮ ਤੋਂ ਤੇ ਛੋਡੀ ਜਿਹੜੀ ਸਕਰੀਨ ਆ ਉਹ ਟੋਟਲੀ ਹੁਣ ਇਸ ਵੇਲੇ ਰਿਕਾਰਡ ਹੋ ਰਹੀ ਆ ਤੇ ਜਦੋਂ ਤੁਸੀਂ ਡਨ ਹੋ ਗਏ ਬਸ ਤੁਸੀਂ ਇਹਦੇ ਤੇ ਸਿੰਪਲੀ ਕਲਿੱਕ ਕਰ ਦੇਣਾ ਇਹਦੇ ਤੇ ਤੇ ਇਹ ਜਿਹੜੀ ਛੋਡੀ ਵੀਡੀਓ ਹੈ ਜਿੱਥੇ ਤੁਸੀਂ ਪਾਥ ਦਿੱਤਾ ਹੋਇਆ ਉੱਥੇ ਇਹਨੇ ਸੇਵ ਹੋ ਜਾਣਾ ਵਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਿ ਤੁਸੀਂ ਪੀਸੀ ਦੇ ਵਿੱਚ ਕਿਵੇਂ ਕਰਨਾ ਮੈਂ ਵੈਸੇ ਫੁੱਲ ਜਿਹੜੀ ਵੀਡੀਓ ਆ ਡਿਟੇਲ ਦੇ ਵਿੱਚ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੱਸੂਗਾ ਤੁਸੀਂ ਉਹਨੂੰ ਵਾਚ ਕਰ ਸਕਦੇ ਆ ਪਰ ਇੱਥੇ ਤੁਸੀਂ ਕੀ ਕਰਨਾ ਇੱਕ ਸੌਫਟਵੇਅਰ ਆ ਦੋਸਤੋ ਤੁਸੀਂ Google ਤੇ ਜਾ ਕੇ ਤੁਸੀਂ ਇੱਥੇ ਇੱਕ ਸੌਫਟਵੇਅਰ ਡਾਊਨਲੋਡ ਕਰਨਾ ਵਾ ਉਹ ਮੈਕਬੁੱਕ ਤੇ ਵੀ ਕੰਮ ਕਰਦਾ ਤੇ ਡੈਸਕਟਾਪ ਤੇ ਵੀ ਉਹ ਹੈਗਾ OBS Studio ਜਿਵੇਂ ਕਿ ਆ ਲਿਖਿਆ ਇਹਨੂੰ ਤੁਸੀਂ ਇੱਥੋਂ ਡਾਊਨਲੋਡ ਕਰ ਲੈਣਾ ਜਦੋਂ ਡਾਊਨਲੋਡ ਹੋ ਗਿਆ ਇਹ ਇਹ ਤੁਹਾਡੇ ਇੱਥੇ ਜਾ ਕੇ ਫਾਈਲਡਰ ਦੇ ਵਿੱਚ ਆ ਜਾਣਾ ਜਿਵੇਂ ਕਿ ਆ ਮੇਰੇ ਕੋਲੇ ਹੈਗਾ ਵਾ ਇਹਦਾ ਜਿਹੜਾ ਲੋਗੋ ਆ ਦੋਸਤੋ ਇਹ ਵੀ ਕਾਲੇ ਜੇ ਰੰਗ ਦਾ ਲੋਗੋ ਆ ਮੈਨੂੰ ਪਤਾ ਨਹੀਂ ਮੈਂ ਇੰਸਟਾਲ ਕੀਤਾ ਮੈਂ ਦੇਖ ਲੈਣਾ ਤੁਹਾਨੂੰ ਦਖਾ ਦਨ ਬਈ ਇਹ ਕਿਹੇ ਜਿਹਾ ਹੋਊਗਾ ਯਾ ਆਪਿਆ ਇਹ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਪੀਸੀ ਦੇ ਵਿੱਚ ਇਹਨੇ ਇਸ ਤਰ੍ਹਾਂ ਦਾ ਹੋਣਾ ਵਾ ਇਹਦੇ ਨਾਲ ਵੀ ਤੁਸੀਂ ਜਿਹੜੀ ਆਪਣੀ ਆ ਜਿਹੜੀ ਸਕਰੀਨ ਰਿਕਾਰਡ ਕਰ ਸਕਦੇ ਆ ਤੇ ਆਪਣੇ ਮੈਕਬੁੱਕ ਜਾਂ ਪੀਸੀ ਦੀ ਆ ਜਿਹੜੀ ਸਕਰੀਨ ਰਿਕਾਰਡ ਕਰ ਸਕਦੇ ਆ ਤੁਸੀਂ ਜੇ ਕੋਈ YouTube ਜਾਂ Facebook ਚਲਾਉਨੇ ਆ ਇੱਥੋਂ ਜਿਹੜੀ ਸਕਰੀਨ ਆ ਤੁਹਾਡੇ ਪੀਸੀ ਦੀ ਉਹਨੂੰ ਤੁਸੀਂ ਲਾਈਵ ਵੀ ਤੁਸੀਂ ਜੇ ਕੋਈ ਗੇਮ ਪਲੇ ਕਰਦੇ ਆ ਤਾਂ YouTube ਚਾ Facebook ਦੇ ਉੱਤੇ ਪਲੇ ਕਰ ਸਕਦੇ ਆ ਪਰ ਲਿੰਕ ਦੇ ਵਿੱਚ ਦੱਸਦਾ ਮਾਂ ਤਾਂ ਤੁਸੀਂ ਉਹ ਲਿੰਕ ਤੇ ਜਾ ਕੇ ਵੀਡੀਓ ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਨੂੰ ਵਾਚ ਕਰ ਲੈਣਾ ਤੇ ਹੁਣ ਆਪਾਂ ਦੂਜੀ ਗੱਲ ਕਰਦੇ ਆ ਕਿ iPhone ਨੂੰ ਤੁਸੀਂ ਮੀਰ ਕਿਵੇਂ ਕਰਨਾ ਉਹੀ ਕੰਮ ਕਰਨਾ ਆਪਾਂ ਕੋਈ ਇੱਕ ਟੈਂਪਲੇਟਰ ਹੈ ਜਿਹੜਾ ਇਹਨੂੰ ਖੋਲਣਾ ਇੱਥੇ ਫਿਰ ਤੁਸੀਂ ਕੀ ਕਰਨਾ ਇੱਥੇ ਨਿਊ ਮੂਵੀ ਰਿਕਾਰਡ ਕਰਨਾ ਵਾ ਜਦੋਂ ਤੁਸੀਂ ਨਿਊ ਮੂਵੀ ਰਿਕਾਰਡ ਕਰੋਗੇ ਤਾਂ ਤੁਸੀਂ ਦੇਖੋਗੇ ਇੱਥੇ ਜਿਹੜਾ ਮੇਰਾ ਕੈਮਰਾ ਮੇਰਾ ਚੱਲ ਬਣਾ ਇੱਥੇ ਐਦਾਂ ਕੈਮਰਾ ਚੱਲ ਪਿਆ ਤੇ ਪਰ ਤੁਸੀਂ ਇੱਥੋਂ ਜਿਹੜਾ ਹੈਗਾ ਵਾ ਕੈਮਰਾ ਨੀਚਾ ਆਪਾਂ ਕੈਮਰਾ ਚਲਾਣਾ ਪਰ ਇੱਥੇ ਜੇ ਤੁਸੀਂ ਆਪਸ਼ਨ ਦੇ ਵਿੱਚ ਜਾਓਗੇ ਨਾ ਇੱਥੇ ਇੱਥੇ ਆ ਜਾਂਦਾ ਵਾ ਪੋਸਟਿੰਗ ਆਪਸ਼ਨ ਆ ਜਾਂਦੀ ਹੈ ਜੇ ਤੁਹਾਡੇ ਕੋਲੇ ਇੱਥੇ ਕੋਈ ਹੋਊਗਾ ਆਈਫੋਨ ਕਨੈਕਟ ਹੋਇਆ ਤਾਂ ਤੁਹਾਡੇ ਆਈਫੋਨ ਆ ਜਾਣਾ ਵਾ ਤੁਸੀਂ ਆਈਫੋਨ ਦਾ ਨਾਮ ਲੈ ਜਿਹੜਾ ਹੈਗਾ ਉਹਨੂੰ ਕਨੈਕਟ ਕਰ ਲੈਣਾ ਤਾਂ ਇੱਥੇ ਜਿਹੜੀ ਹੈਗੀ ਇਹ ਸਾਹਮਣੇ ਆਈਫੋਨ ਦੀ ਸਕਰੀਨ ਆ ਜਾਣੀ ਆ ਮੈਂ ਉਹ ਵੀਡੀਓ ਵੀ ਲਿੰਕ ਦੇ ਵਿੱਚ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੱਸ ਦਊਗਾ ਤਾਂ ਤੁਸੀਂ ਉਹਨੂੰ ਜਾ ਕੇ ਦੇਖ ਲਿਓ ਜੇ ਤੁਸੀਂ ਆਪਣੇ ਆਈਫੋਨ ਦੀ ਸਕਰੀਨ ਨੂੰ ਮੈਕਬੁੱਕ ਦੇ ਉੱਤੇ ਲਿਆ ਕੇ ਉਹਨੂੰ ਤੁਸੀਂ ਸਕਰੀਨ ਰਿਕਾਰਡ ਕਰਨਾ ਚਾਹੁੰਦੇ ਹੋ ਅੱਜ ਲਈ ਇੰਨੇ ਹੀ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ